लुधियाना के फिरोजपुर रोड स्थित मेडिकल हॉस्पिटल ने दी जरूरतमंद लोगों को नए साल में एक सौगात। यह जानकारी मेडिवेज की तरफ से एक प्रेस वार्ता करके दी गई, जिसमें चेयरमैन भगवान सिंह भाऊ ने बताया कि हॉस्पिटल की मैनेजमेंट बदलने के साथ ही लोगों की जरूरत को पहल देते हुए इस हॉस्पिटल में कुछ इलाज जो कि मुफ्त किए जाएंगे, वहीं जनरल ओपीडी में भी राहत दी जाएगी। सब तो पहले साडा जिहड़ा हैगा प्रोजेक्ट कैंसर दा हैगा। कैंसर दिनों दिन बहुत तेजी नाल वध रहा है, उहदे वास्ते असीं जो सीनियर डाक्टर आ पंजाब दे डाक्टर सतीश जैन, जिन्हां नूं कई साल हॉस्पिटल च काम कीता, उन्हां ने इत्थे आ के सेवा करनी शुरू कर दी। दूजे नंबर ते ट्रोमा है, जदों तुसीं फरीदकोट जां फिरोजपुर तों चलो, रस्ते दे विच कोई इहो जिहा सेंटर नहीं हैगा, जदों कोई एक्सीडेंट होवे उहनूं संभालना इन्ना सौखा नहीं। असीं ट्रोमा सेंटर नूं बहुत वधिया तरीके नाल साडे डॉक्टर राजपूत जी हैगे जिहड़े कि कर रहे हैगे आ। उस तों बाद मेडिसिन दे जिहड़े डॉक्टर हैगे आ, उह असीं डॉक्टर करमवीर जी गोयल, जिन्हां ने 30-35 साल सिविल हस्पताल की सेवा की आ, उन्होंने हूँ साढ़े को आके अपना ये चार्ज संभाल लिया है। ऐसे ही बच्चे के डॉक्टर साढ़े दिल्ली तो आए आ, बच्चों के उन्होंने बहुत वधिया उन्होंने मतलब नॉलेज हैगी आ, एक दिन के बच्चे तो लैके वो संभालते। डॉक्टर वीना जैन जेडे कि गैनी के स्पैशलिस्ट है, इतने डिलीवरियां भी हो रही ने। असी कोशिश करते हैं डिलीवरी के घट्टों घट पैसे लै जा, ਤਾਂ ਕਿ ਅਗਲਾ ਬੜੇ ਆਸਾਨੀ ਨਾਲ ਆਪਦਾ ਇੱਥੇ ਇਲਾਜ ਕਰਾ ਸਕੇ। ਜ਼ਰੂਰਤਮੰਦ ਪੇਸ਼ੈਂਟ ਨੂੰ ਸਰ ਕਿਹੜੀ-ਕਿਹੜੀ ਸੁਵਿਧਾਵਾਂ ਦਿੱਤੀ ਜਾਣਗੀਆਂ? ਜ਼ਰੂਰਤਮੰਦ ਜਿਹੜੇ ਮਰੀਜ਼ ਹੈਗੇ, ਜਿਹੜੇ ਜਿਨ੍ਹਾਂ ਦੇ ਕੋਈ ਲਾਵਾਰਸ ਨਹੀਂ, ਬਿਲਕੁਲ ਹੀ ਨਹੀਂ ਕੋਈ ਜਿਨ੍ਹਾਂ ਨੂੰ ਕੋਈ ਸੰਭਾਲ ਸਕਦਾ, ਉਹ ਅਸੀਂ ਬਿਲਕੁਲ ਫਰੀ ਰੱਖਾਂਗੇ। 10 ਬੈੱਡ ਦਾ ਅਸੀਂ ਮਿੰਕੂ ਦੀ ਯਾਦ ਵਿੱਚ ਉਹ ਬਣਾਇਆ ਵਾਰਡ, ਉਹਦੀ ਦਵਾਈ ਵੀ ਫਰੀ ਦਿੱਤੀ ਜਾਏਗੀ, ਖਾਣਾ ਵੀ ਫਰੀ ਦਿੱਤਾ ਜਾਏਗਾ। ਕੋਸ਼ਿਸ਼ ਕਰਾਂਗੇ ਸਭ ਤੋਂ ਵੱਧ ਨੂੰ ਸਹੂਲਤਾਂ ਜਿੰਨੀਆਂ ਵੱਧ ਤੋਂ ਵੱਧ ਦੇ ਸਕਦੇ ਹਾਂ ਦੇਈਏ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਬੇਨਤੀ ਕੀਤੀ ਕਿ ਲੁਧਿਆਣਾ ਮੈਡੀਵੇਜ ਹੋਸਪਿਟਲ ਦੀ ਮੈਨੇਜਮੈਂਟ ਚੇਂਜ ਹੋ ਕੇ ਗੁਰਮੇਲ ਮੈਡੀਕਲ ਵਾਲੇ ਭਗਵਾਨ ਸਿੰਘ ਭਾਊ ਜੀ ਨੇ ਦਿੱਤੀ ਹੈ। ਇਹਦੇ ਵਿੱਚ ਅਸੀਂ ਜਨਰਲ ਓ ਪੀ ਡੀ ਦੀ ਫੀਸ 100 ਰੁਪਏ ਕੀਤੀ ਹੈ ਨਵੇਂ ਸਾਲ ਤੋਂ। ਪ੍ਰਾਈਵੇਟ ਓ ਪੀ ਡੀ ਦੇ ਨਾਲ ਨਾਲ ਆਮ ਲੋਕਾਂ ਨੂੰ ਇਹ ਫੈਸਿਲਿਟੀ ਹੋਵੇ ਕਿ ਕੋਈ ਵੀ ਸ਼ੂਗਰ, ਬਲੱਡ ਪ੍ਰੈਸ਼ਰ, ਮਾਈਗ੍ਰੇਨ, ਕਾਲਾ ਪੀਲੀਆ, ਡੇਂਗੂ, ਮਲੇਰੀਆ, ਹੈਂਜੀ, ਟਾਈਫਾਇਡ, ਕੋਈ ਤਰ੍ਹਾਂ ਦੇ ਕੇਸ ਜਿਹੜੇ ਹੈਗੇ ਆ, ਜਨਰਲ ਵਾਲੇ ਕੇਸ ਜਿਹੜੇ ਹੈਗੇ ਆ, ਉਹਨਾਂ ਨੂੰ ਬਹੁਤ ਜ਼ਿਆਦਾ ਪੈਸੇ ਦੇ ਕੇ ਟ੍ਰੀਟਮੈਂਟ ਨਾ ਕਰਾਉਣਾ ਪਵੇ। ਮੈਂ 32-33 ਸਾਲ ਹੋ ਗਏ ਮੇਰੀ ਪੋਸਟ ਐਮ ਡੀ ਐਕਸਪੀਰੀਅੰਸ ਨੂੰ, ਮੈਂ 25 ਸਾਲ ਸਿਵਲ ਹੋਸਪਿਟਲ ਕੰਮ ਕੀਤਾ। ਜਿਸ ਤਰ੍ਹਾਂ ਮੈਂ ਦੱਸਿਆ, ਉੱਥੇ ਇੰਨੀਆਂ ਸਾਡੇ ਕੋਲ ਫੈਸਿਲਿਟੀਜ਼ ਨਹੀਂ ਸੀਗੀਆਂ, ਟਰਸ਼ੀ ਲੈਵਲ ਕੇਅਰ ਦੀਆਂ ਫੈਸਿਲਿਟੀਜ਼ ਸਾਡੇ ਕੋਲ ਇੱਥੇ 44 ਬੈਡਡ ਆਈ ਸੀ ਯੂ ਰੈਕ, ਜਿਹਦੇ ਵਿੱਚ ਕਿ ਮੈਡੀਕਲ ਵਾਲੇ ਵੀ, ਸਰਜਰੀ ਵਾਲੇ ਵੀ, ਕੈਂਸਰ ਵਾਲੇ ਪੇਸ਼ੈਂਟ ਵੀ, ਸਾਰੇ ਅਸੀਂ ਪਾ ਕੇ ਟ੍ਰੀਟਮੈਂਟ ਦੇ ਸਕਦੇ ਹਾਂ। ਜਿਹੜੇ ਵਿਗੜੇ ਹੋਏ ਕੇਸ ਹੈ ਉਹ ਠੀਕ ਕਰਨ ਦੀ ਸਾਰੀ ਸਾਡੇ ਕੋਲ ਫੈਸਿਲਿਟੀ ਹੈ, ਚਾਹੇ ਉਹ ਔਰਥੋਪੈਡਿਕ ਸਰਜਨ ਹੈ, ਚਾਹੇ ਉਹ ਕੈਂਸਰ ਸਰਜਨ ਹੈ, ਚਾਹੇ ਉਹ ਗਾਇਨੀ ਹੈ, ਚਾਹੇ ਪਲਾਸਟਿਕ ਸਰਜਨ ਡਾਕਟਰ ਟਾ ਹੈ, ਸਾਡੇ ਐਨੈਸਥੀਸੀਆ ਜੀ ਸਭ ਤੋਂ ਮੰਨੇ ਪ੍ਰਮੰਨੇ ਇੱਕ ਕੈਂਸਰ ਸਰਜਨ ਹੈਗੇ ਹੈ, ਡਾਕਟਰ ਬੀਨਾ ਜੈਨ ਹੈ, ਇਹ ਸਾਰੇ ਫੈਸਿਲਿਟੀਜ਼ ਦੇ ਹੁੰਦੇ ਹੋਣ ਕਰਕੇ ਹੀ ਇੱਥੇ ਟਿਕੇ ਹੈ। ਇੱਥੇ ਇਸੇ ਕਰਕੇ ਕੰਮ ਕਰ ਰਹੇ ਹਾਂ ਕਿ ਜੋ ਉਹਨਾਂ ਦੀ ਕਾਬਲੀਅਤ ਹੈ, ਜੋ ਉਹਨਾਂ ਦਾ ਐਕਸਪੀਰੀਅੰਸ ਹੈਗਾ, ਉਸ ਨੂੰ ਸਿਰੇ ਔਰ ਚੜ੍ਹਾਉਣ ਲਈ ਔਰ ਉਸਨੂੰ ਯੂਜ਼ ਕਰਨ ਵਾਸਤੇ ਉਹ ਫੈਸਿਲਿਟੀ ਸਾਡੇ ਕੋਲ ਇੱਥੇ ਹੈਗੀਆਂ। ਇਸ ਏਰੀਏ ਵਾਸਤੇ ਲੁਧਿਆਣੇ ਦੇ ਵਿੱਚ ਇੱਕ ਅਫੋਰਡੇਬਲ ਰੇਟਸ 'ਤੇ ਟਰਸ਼ੀ ਲੈਵਲ ਕੇਅਰ ਦੇਣ ਦੇ ਲਈ ਇਹ ਬਹੁਤ ਵਧੀਆ ਹਸਪਤਾਲ ਮੈਂ ਸਮਝਦਾ ਹੈਗਾ, ਜਿਹੜਾ ਕਿ ਨਵੀਂ ਮੈਨੇਜਮੈਂਟ ਦੇ ਨਾਲ ਨਵੇਂ ਰੂਪ ਦੇ ਵਿੱਚ ਕੰਮ ਕਰੇਗਾ ਔਰ ਸਾਰੇ ਏਰੀਏ ਨੂੰ ਅੱਛੀ ਸਿਹਤ ਦੇਣ ਵਾਸਤੇ ਵਿੱਚ ਯੋਗਦਾਨ ਪਾਏਗਾ। लुधियाना से अजय पाहवा की रिपोर्ट। सब्सक्राइब आवर चैनल फॉर लेटेस्ट न्यूज एंड अपडेट्स एंड डोंट फॉरगेट टू प्रेस बेल आइकन फॉर लेटेस्ट नोटिफिकेशंस।